ਪੰਜਾਬੀ ਗਾਇਕ ਪੰਮੀ ਬਾਈ ਕਿਸਾਨਾਂ ਨਾਲ ਧਰਨੇ ਪ੍ਰਦਰਸ਼ਨ 'ਚ ਹੋਏ ਸ਼ਾਮਲ। ਟਰੈਕਟਰ ਲੈ ਕੇ ਕਿਸਾਨਾਂ ਨਾਲ ਜਾ ਰਹੇ ਹੈ ਰਾਜਪੁਰਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ। ਕਿਸਾਨ ਯੂਨੀਅਨਾਂ ਵੱਲੋਂ 25 ਸਤੰਬਰ ਯਾਨੀ ਕਿ ਅੱਜ ਦੇ ਦਿਨ ਪੰਜਾਬ ਬੰਦ ਕਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ, ਜਿਸ ਦੇ ਚੱਲਦਿਆਂ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਸੰਘਰਸ਼ 'ਚ ਸ਼ਮੂਲੀਅਤ ਦੇ ਰਹੇ ਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਗਾਇਕ ਪੰਮੀ ਬਾਈ ਵੀ ਕਿਸਾਨਾਂ ਨਾਲ ਧਰਨੇ ਪ੍ਰਦਰਸ਼ਨ 'ਚ ਸ਼ਾਮਲ ਹੋਏ। ਚੜ੍ਹਦੀਕਲਾ ਟਾਈਮ ਟੀਵੀ ਦੇ ਰਿਪੋਰਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਮੈਂ ਖੁਦ ਕਿਸਾਨ ਹਾਂ, ਜਿਸ ਕਰਕੇ ਮੈਂ ਇਹਨਾਂ ਦੇ ਦੁੱਖ ਨੂੰ ਸਮਝ ਸਕਦਾ। ਤੁਸੀਂ ਵੀ ਵੇਖੋ ਇਸ ਵੀਡੀਓ ਨੂੰ। ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨ ਜਥੇਬੰਦੀਆਂ ਦਾ ਧਰਨਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ। ਤੁਹਾਨੂੰ ਦੱਸ ਦਈਏ ਵੱਖ ਵੱਖ ਜਥੇਬੰਦੀਆਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਹੀ ਕਲਾਕਾਰਾਂ ਵੱਲੋਂ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਵੀ ਅੱਜ ਜਿਹੜੇ ਨੇ ਆਪਣੇ ਟਰੈਕਟਰ ਦੇ ਉੱਪਰ ਰਾਜਪੁਰੇ ਜਾ ਰਹੇ ਨੇ। ਬਾਈਪਾਸ ਜਾਣ ਕੇ ਉੱਥੇ ਧਰਨਾ ਦਾ ਪ੍ਰਦਰਸ਼ਨ ਲੱਗਿਆ ਪਿਆ, ਉੱਥੇ ਜਿਹੜਾ ਸਮਰਥਨ ਦੇਣ ਵਾਸਤੇ ਜਾ ਰਹੇ ਨੇ। ਸਾਡੇ ਨਾਲ ਪੰਮੀ ਬਾਈ ਜੀ ਮੌਜੂਦ ਨੇ। ਪੰਮੀ ਬਾਈ ਜੀ, ਟਰੈਕਟਰ ਲੈ ਕੇ ਕਿੱਥੇ ਜਾ ਰਹੇ ਸਭ ਤੋਂ ਪਹਿਲਾਂ? ਬਾਈ ਜੀ, ਮੈਂ ਅੱਜ ਉਸ ਧਰਨੇ 'ਚ ਜਾ ਰਿਹਾ ਜਿੱਥੇ ਜੀ ਟੀ ਰੋਡ ਦੇ ਉੱਤੇ ਧਰਨਾ ਦਿੱਤਾ ਜਾ ਰਿਹਾ। ਉੱਥੇ ਕਿਸਾਨ ਯੂਨੀਅਨ ਦੇ ਬੜੇ ਬੜੇ ਲੀਡਰ ਸਾਰੇ ਸ਼ਾਮਲ ਨੇ ਅਤੇ ਉਹਨਾਂ ਦੇ ਨਾਲ ਮੈਂ ਵੀ ਮੋਢੇ ਨਾਲ ਮੋਢਾ ਜੋੜਨ ਚੱਲੇ। ਲਗਾਤਾਰ ਸਿਆਸਤ ਕੀਤੀ ਜਾ ਰਹੀ ਹੈ ਸਿਆਸਤਦਾਨਾਂ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਸਿਆਸਤ ਕੀਤੀ ਜਾ ਰਹੀ ਹੈ, ਅਕਾਲੀ ਦਲ ਵੱਲੋਂ ਵੀ ਸਿਆਸਤ ਕੀਤੀ ਜਾ ਰਹੀ ਹੈ, ਕਾਂਗਰਸ ਵੱਲੋਂ ਵੀ ਸਿਆਸਤ ਕੀਤੀ ਜਾ ਰਹੀ ਹੈ। ਤਿੰਨਾਂ ਪਾਰਟੀਆਂ ਕਹਿ ਰਹੀਆਂ ਸੀ ਕਾਂਗਰਸ ਦੇ ਨਾਲ ਵੀ, ਕਿਸਾਨ ਜਥੇਬੰਦੀਆਂ ਦੇ ਨਾਲ ਆ, ਪਰ ਤੁਹਾਨੂੰ ਲੱਗਦਾ ਲੋਕ ਗਾਇਕ ਜਿਹੜਾ ਕਿਤੇ ਨਾਲ ਨੇ? ਦੇਖੋ, ਅਸੀਂ ਮੈਂ ਤਾਂ ਪਹਿਲਾਂ ਅਰਜ਼ ਕਰ ਚੁੱਕਿਆ ਕਿ ਮੈਂ ਲੋਕ ਗਾਇਕ ਬਾਅਦ 'ਚ ਹਾਂ, ਇਹ ਲੋਕਾਂ ਨੇ ਮੈਨੂੰ ਗਾਇਕ ਬਣਾਇਆ। ਮੈਂ ਪਹਿਲਾਂ ਕਿਸਾਨ ਦਾ ਪੁੱਤ ਹਾਂ ਅਤੇ ਮੈਂ ਖੁਦ ਕਿਸਾਨ ਹਾਂ, ਕਾਸ਼ਤਕਾਰ ਹਾਂ, ਅਤੇ ਮੈਂ ਤਾਂ ਆਪਣੀਆਂ ਕਿਸਾਨ ਭਰਾਵਾਂ ਦੇ ਨਾਲ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਚੱਲਿਆ, ਉਹਨਾਂ ਦੇ ਲਈ ਖੜਨਾ। ਇੱਕ ਸੱਚੇ ਕਲਾਕਾਰ ਦਾ ਫਰਜ਼ ਇਹੀ ਹੈਗਾ ਕਿ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਆਹ ਸੱਚਾਈ ਦਾ ਰਾਹ ਹੈ, ਲੋਕਾਂ ਨੂੰ ਇਹ ਦੱਸੋ ਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ, ਅਤੇ ਉਸ ਜ਼ੁਲਮ ਦੇ ਖਿਲਾਫ਼ ਲੋਕ ਗਾਇਕ ਆਵਾਜ਼ਾਂ ਬੁਲੰਦ ਕਰਦੇ ਨੇ। ਅੱਜ ਮੈਨੂੰ ਖੁਸ਼ੀ ਹੈ, ਮੇਰੇ ਵੀਰ ਦੋਸਤ ਜਿਹੜੇ ਵੱਖ ਵੱਖ ਕਹਿੰਦੇ ਨੇ ਕੋਈ ਫਿਲਮਾਂ ਦੇ ਵਿੱਚ ਹੈਗਾ ਅਤੇ ਕੋਈ ਗਾਇਕੀ ਦੇ ਵਿੱਚ ਹੈਗਾ, ਕੋਈ ਲੇਖਣੀ ਦੇ ਵਿੱਚ ਹੈਗਾ, ਉਹ ਸਾਰੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਮੈਂ ਦੱਸਣਾ ਚਾਹੁੰਦਾ ਕਿ ਮੈਂ ਅੱਜ ਪਹਿਲੀ ਵਾਰ ਨਹੀਂ ਚੱਲਿਆ, ਇਹ ਤੋਂ ਪਹਿਲਾਂ ਵੀ ਮੈਂ ਕਹਿੰਦੇ ਨੇ ਇਸ ਮੋਰਚੇ ਦੇ ਵਿੱਚ ਕੁੱਦ ਚੁੱਕਿਆ, ਸਭ ਤੋਂ ਪਹਿਲਾ ਕਲਾਕਾਰ ਹਾਂ ਜਿਹੜਾ ਇਸ ਮੋਰਚੇ ਦੇ ਵਿੱਚ ਨਿਸ਼ੰਗ ਹੋ ਕੇ ਕੁੱਦਿਆਂ। ਇਸ ਕਰਕੇ ਕੁੱਦਿਆਂ ਕਿ ਮੈਂ ਖੁਦ ਕਿਸਾਨ ਹਾਂ, ਇਸ ਕਰਕੇ ਕੁੱਦਿਆਂ ਕਿ ਮੈਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਮੇਰੇ ਆਪ ਦੂਜੇ ਭਰਾਵਾਂ ਨੂੰ ਦੁੱਖ ਹੈ। ਅਤੇ ਅੱਜ ਇਹ ਮੂਵਮੈਂਟ ਇਕੱਲੇ ਕਿਸਾਨਾਂ ਦੀ ਮੂਵਮੈਂਟ ਨਹੀਂ, ਅੱਜ ਇਹ ਮੂਵਮੈਂਟ ਪੂਰੇ ਪੰਜਾਬ ਦੀ ਮੂਵਮੈਂਟ ਹੈ। ਪੂਰਾ ਪੰਜਾਬੀ ਜਿਹੜਾ ਸਿਹਰਤ ਪੰਜਾਬੀ ਹੈ, ਜਿਹਦੇ 'ਚ ਪੰਜਾਬ ਦੇ ਉੱਤੇ ਜਿਹਨੂੰ ਪੰਜਾਬ ਦੇ ਨਾਲ ਮੁਹੱਬਤ ਹੈ, ਜਿਨ੍ਹਾਂ ਦੇ ਅੰਦਰ ਕਸਕ ਹੈਗੀ ਆ ਕਿ ਸਾਡਾ ਪੰਜਾਬ ਜਿਹੜਾ ਹੈਗਾ ਉਸੇ ਤਰ੍ਹਾਂ ਹਰਿਆ ਭਰਿਆ ਰਹੇ, ਉਹ ਸਾਰੇ ਇਸ ਨਾਲ ਜੁੜੇ ਹੋਏ ਨੇ, ਚਾਹੇ ਸਾਡੇ ਹਿੰਦੂ ਭਰਾ ਨੇ, ਚਾਹੇ ਸਾਡੇ ਦਲਿਤ ਵੀਰ ਨੇ, ਚਾਹੇ ਸਾਡੇ ਮਜ਼ਦੂਰ ਭਰਾ ਨੇ, ਸਾਰੇ ਲੋਕ, ਹਰ ਸ਼ੋਭੇ ਦੇ ਲੋਕ, ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਈਸਾਈ, ਸਾਰੇ ਲੋਕ ਇਸ ਮੂਵਮੈਂਟ ਦੇ ਵਿੱਚ ਪੁੱਦੇ ਨੇ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਉੱਤੇ ਚਪੇੜ ਮਾਰਨ ਦੇ ਲਈ ਲੋਕ ਅੱਗੇ ਆਏ। ਆਰਡੀਨੈਂਸ ਦੀ ਗੱਲ ਕੀਤੀ ਜਾਵੇ, ਲਗਾਤਾਰ ਜਿਹੜਾ ਆਰਡੀਨੈਂਸ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਪਰ ਜਿਹੜਾ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਜਿਹੜਾ ਜਵਾਬ ਨਹੀਂ ਆਇਆ, ਪਾਸ ਵੀ ਹੋਣ ਦੀ ਤਿਆਰੀ ਦੇ ਵਿੱਚ ਹੈ, ਤੁਹਾਨੂੰ ਕੀ ਲੱਗਦਾ ਜੇਕਰ ਪਾਸ ਨਾ ਆਇਆ ਫਿਰ ਕਿਸਾਨ ਜਥੇਬੰਦੀਆਂ ਵਾਲਾ ਕਲਾਕਾਰਾਂ ਵੱਲੋਂ ਅਗਲਾ ਸਟੈਪ ਕੀ ਹੋਵੇਗਾ? ਦੇਖੋ, ਜਥੇਬੰਦੀਆਂ ਦਾ ਜਿਹੜਾ 31 ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਰਲ ਕੇ ਟੋਟੈਲਿਟੀ ਦੇ ਵਿੱਚ ਫੈਸਲਾ ਲੈਣਾ। ਇਸੇ ਕਰਕੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਕੁਛ ਬੁੱਧੀਜੀਵੀ ਲੋਕਾਂ ਨੂੰ ਵੀ ਆਪਦੇ ਨਾਲ ਜੋੜੋ, ਜਿਹੜੇ ਨੌਨ ਪੋਲੀਟੀਕਲ ਬੰਦੇ ਨੇ, ਜਿਨ੍ਹਾਂ ਦਾ ਪੋਲੀਟਿਕਸ ਦੇ ਨਾਲ ਕੋਈ ਵਾਮ ਵਾਸਤਾ ਨਹੀਂ। ਹੁਣ ਮੇਰਾ ਕੋਈ ਵਾਮ ਵਾਸਤਾ ਨਹੀਂ, ਮੇਰਾ ਕੋਈ, ਮੈਂ ਕਿਸੇ ਪਾਰਟੀ ਦਾ ਵਰਕਰ ਨਹੀਂ, ਕਿਸੇ ਪਾਰਟੀ ਦਾ ਮੈਂ ਨੁਮਾਇੰਦਾ ਨਹੀਂ, ਕਿਸੇ ਪਾਰਟੀ ਦਾ ਮੈਂ ਰਿਪ੍ਰੈਜੈਂਟੇਟਿਵ ਨਹੀਂ, ਅਤੇ ਮੈਂ ਨਿਸ਼ੰਗ ਹਾਂ। ਮੈਂ ਇੱਕ ਕਲਾਕਾਰ ਹਾਂ, ਕਲਾਕਾਰ ਦੇ ਹੋਣ ਦੇ ਨਾਲ ਇੱਕ ਪਹਿਲਾਂ ਪੰਜਾਬੀ ਹਾਂ, ਕਿਸਾਨ ਹਾਂ, ਅਤੇ ਇਸ ਕਰਕੇ ਇਸ ਮੂਵਮੈਂਟ ਨਾਲ ਜੁੜਿਆ ਹੋਇਆ। ਸੋ ਇਸ ਤਰ੍ਹਾਂ ਦੇ ਬੁੱਧੀਜੀਵੀ ਲੋਕ ਜੋ ਯੂਨੀਵਰਸਿਟੀਆਂ ਦੇ ਵਿੱਚ ਉੱਚ ਅਹੁਦਿਆਂ 'ਤੇ ਪ੍ਰੋਫੈਸਰ ਨੇ, ਜਿਨ੍ਹਾਂ ਨੇ ਕਿਸਾਨੀ ਦੇ ਕਸਕ ਬਾਰੇ ਹੁਣ ਤੱਕ ਬੋਲਿਆ, ਲਿਖਿਆ, ਹੁਣ ਆਪਣਾ ਡਾਕਟਰ ਪ੍ਰੋਫੈਸਰ ਦਵਿੰਦਰ ਸ਼ਰਮਾ ਜੀ ਨੇ, ਉਹਨਾਂ ਨੇ ਕਿਸਾਨੀ ਬਾਰੇ ਬਹੁਤ ਵੱਡੀਆਂ ਵੱਡੀਆਂ ਡਿਬੇਟਾਂ NDTV ਤੱਕ ਕੀਤੀਆਂ ਨੇ, ਡਾਕਟਰ ਗਿਆਨ ਸਿੰਘ ਹੋਣੀ ਨੇ, ਅਤੇ ਉਹਨਾਂ ਨੇ ਬਹੁਤ ਕੁਛ ਕੀਤਾ ਹੈਗਾ। ਸਰਦਾਰ ਤ੍ਰਿਲੋਚਨ ਸਿੰਘ ਹੋਣੀ ਨੇ ਘੱਟ ਗਿਣੀ ਮਨੋਰਟੀ ਦੇ ਜਿਹੜੇ ਚੇਅਰਮੈਨ ਰਹੇ ਨੇ, ਉਹ ਉਸ ਤੋਂ ਬਾਅਦ ਕਹਿੰਦੇ ਨੇ ਜਿਹੜਾ ਹੈਗਾ ਅਮਰਜੀਤ ਗਰੇਵਾਲ ਹੋਣੀ ਨੇ, ਜਿਹੜੇ ਲੋਕ ਸਿਹਰਤ ਨੇ, ਅਤੇ ਇਕੋਨੋਮਿਸਟ ਦੇ ਵਿੱਚ ਸਰਦਾਰ ਰਣਜੀਤ ਸਿੰਘ ਘੁੰਮਣ ਨੇ, ਪ੍ਰੋਫੈਸਰ ਜੋ ਰਿਟਾਇਰ ਹੋਏ ਨੇ ਪੰਜਾਬੀ ਯੂਨੀਵਰਸਿਟੀ ਤੋਂ, ਡਾਕਟਰ ਸੁੱਚਾ ਸਿੰਘ ਗਿੱਲ ਵਰਗੇ, ਅਤੇ ਇਸ ਤਰ੍ਹਾਂ ਦੇ ਬੜੇ ਲੋਕ ਬੁੱਧੀਜੀਵੀ ਬੈਠੇ ਨੇ। ਸਰ ਚਰਨਜੀਤ ਸਿੰਘ ਜੋ ਬਹੁਤ ਵੱਡੇ ਰੁਤਬੇ ਤੋਂ ਰਿਟਾਇਰ ਹੋਏ ਨੇ ਅਤੇ ਪੰਜਾਬੀ ਨੇ, ਪੰਜਾਬ ਦਾ ਕਸਕ ਰੱਖਦੇ ਨੇ, ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕਹਿੰਦੇ ਨੇ ਜਿਹੜਾ ਹੈਗਾ ਇਸ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਕਿਸਾਨ ਯੂਨੀਅਨ ਨੂੰ ਲੈਣਾ ਚਾਹੀਦਾ, ਸ਼ਾਮਲ ਕਰਨਾ ਚਾਹੀਦਾ, ਹਰ ਵਰਗ ਨੂੰ ਸ਼ਾਮਲ ਕਰਨਾ ਚਾਹੀਦਾ, ਤਾਂ ਕਿ ਮੂਵਮੈਂਟ ਜਿਹੜੀ ਹੈਗੀ ਆ
ਇਹ ਇੰਨੀ ਕੁ ਪੰਜਾਬ ਦੀ ਮੂਵਮੈਂਟ ਬਣੇ ਜਿਹਦੇ 'ਚ ਪੰਜਾਬ ਦੀ ਇਕੋਨਮੀ ਦੀ ਗੱਲ ਹੋਵੇ ਅਤੇ ਪੰਜਾਬ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ। ਮੇਰਾ ਲਾਸਟ ਸਵਾਲ ਹੈ, ਪੰਜਾਬੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ, ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਰਹੇ ਨੇ, ਬੋਲੀਵੁੱਡ ਅਦਾਕਾਰ ਦੀ ਗੱਲ ਕੀਤੀ ਜਾਵੇ, ਅਜੇ ਤੱਕ ਬੋਲੀਵੁੱਡ ਦਾ ਅਦਾਕਾਰ ਕੋਈ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆਇਆ। ਦੇਖੋ ਬੜੀ ਸ਼ਰਮ ਦੀ ਗੱਲ ਹੈ, ਬੋਲੀਵੁੱਡ ਦੇ ਵਿੱਚ ਜੇ ਪੰਜਾਬ ਦੇ ਲੋਕ ਵੱਧ ਤੋਂ ਵੱਧ ਜੇ ਕਿਸੇ ਨੂੰ ਆਪਦਾ ਮੰਨਦੇ ਸੀ ਅਤੇ ਉਹਦੇ 'ਚ ਕਹਿੰਦੇ ਨੇ ਧਰਮਿੰਦਰ ਸਾਹਿਬ ਦੇ ਲਗਤੇ ਜੇਕਰ ਸਨੀ ਦਿਓਲ ਨੂੰ ਮੰਨਦੇ ਸੀ, ਪਰ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਨੇ, ਉਹ ਬੀਜੇਪੀ ਦੇ ਸੰਸਦ ਨੇ ਅਤੇ ਸਾਡੇ ਪੰਜਾਬੀਆਂ ਨੇ ਜਿਤਾਏ ਨੇ, ਅਤੇ ਸਾਨੂੰ ਸ਼ਰਮ ਹੈ ਇਸ ਗੱਲ ਦੇ ਉੱਤੇ। ਅਤੇ ਬਾਕੀ ਬੋਲਣਾ ਨਾ ਬੋਲਣਾ ਤਾਂ ਉਹਨਾਂ ਦੀ ਆਪਦੀ ਖੁਦ ਮੁਖਤਿਆਰੀ ਹੈਗੀ ਹੈ, ਇਹ ਤਾਂ ਉਹਨਾਂ ਦੀ ਆਪਦੀ ਸੋਚ ਹੈਗੀ ਹੈ, ਪਰ ਸਾਡੇ ਲੇਖਕ, ਸਾਡੇ ਬੁੱਧੀਜੀਵੀ, ਸਾਡੇ ਗੀਤਕਾਰ, ਸਾਡੇ ਕਲਾਕਾਰ ਭਰਾ ਜੋ ਪੰਜਾਬੀ ਇੰਡਸਟਰੀ ਨਾਲ ਜੁੜੇ ਨੇ ਉਹ ਵੱਧ ਚੜ੍ਹ ਕੇ ਹਿੱਸਾ ਪਾ ਰਹੇ। ਸੋ ਇਹ ਸਨ ਪੰਜਾਬੀ ਲੋਕ ਗਾਇਕ ਪੰਮੀ ਬਾਈ ਜੀ, ਜਿਨ੍ਹਾਂ ਨੇ ਅੱਜ ਖਾਸ ਤੌਰ 'ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਟਰੈਕਟਰ ਦੇ ਉੱਪਰ ਅੱਜ ਜਿਹੜਾ ਰਾਜਪੁਰਾ ਬਾਈਪਾਸ ਦੇ ਉੱਪਰ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਸਮਰਥਨ ਦੇਣ ਵਾਸਤੇ ਖਾਸ ਤੌਰ 'ਤੇ ਪਟਿਆਲਾ ਤੋਂ ਨਿਕਲੇ ਨੇ। ਪਟਿਆਲਾ ਤੋਂ ਕੈਮਰਾਮੈਨ ਕਮਲ ਦੁਆ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।